ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੋਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਅੱਜ ਤੁਹਾਡੇ ਲਈ ਭਰਤੀ ਦਾ ਨੋਟੀਫਿਕੇਸ਼ਨ ਲੈ ਕੇ ਆਇਆ ਨੈਸ਼ਨਲ ਹੈਲਥ ਮਿਸ਼ਨ ਚੰਡੀਗੜ੍ਹ ਵੱਲੋਂ, NHM ਜਿਹਨੂੰ ਸ਼ਾਰਟ ਦੇ ਵਿੱਚ ਕਿਹਾ ਜਾਂਦਾ, ਤੇ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਚੰਡੀਗੜ੍ਹ ਦੀ ਇਹ ਭਰਤੀ ਹੈ। ਦੋਸਤੋ, ਇਹਦੇ ਵਿੱਚ ਕੰਟਰੈਕਚੁਅਲ ਸਟਾਫ ਦੋਸਤੋ ਭਰਤੀ ਕੀਤਾ ਜਾਣਾ, ਕੰਟਰੈਕਚੁਅਲ ਸਟਾਫ ਰੱਖਿਆ ਜਾਣਾ, ਕੰਟਰੈਕਟ ਬੇਸਿਸ ਤੇ ਭਰਤੀ ਹੈ। ਤੇ ਇਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਪੋਸਟ ਹੈ PPM ਦੀ ਪੋਸਟ ਹੈ। PPM ਯਾਨੀ ਕਿ ਪਬਲਿਕ ਪ੍ਰਾਈਵੇਟ ਮਿਕਸ, ਠੀਕ ਹੈ ਜੀ। PPM ਬੇਸਡ ਪੋਸਟ ਤੁਸੀਂ ਕਹਿ ਸਕਦੇ ਹੋ, ਜਿਹੜੀ ਪਹਿਲੀ ਹੈਗੀ ਹੈ ਉਹ PPM ਕੋਆਰਡੀਨੇਟਰ ਦੀ ਪੋਸਟ ਹੈ, NTEP ਦੇ ਅੰਡਰ ਹੈ, ਠੀਕ ਹੈ ਜੀ। ਤੇ ਇੱਕ ਪੋਸਟ ਹੈ ਜਨਰਲ ਕੈਟੇਗਰੀ ਦੀ, ਇਹਦੇ ਲਈ ਤੁਸੀਂ ਪੋਸਟ ਗ੍ਰੈਜੂਏਟ ਹੋਣੇ ਚਾਹੀਦੇ ਹੋ, ਸੋਸ਼ੋਲੋਜੀ ਜਾਂ ਫਿਰ ਸਾਈਕੋਲੋਜੀ ਦੇ ਵਿੱਚ ਫੁੱਲ ਟਾਈਮ ਕੋਰਸ ਹੋਣਾ ਚਾਹੀਦਾ ਤੁਹਾਡਾ ਇਹ, ਤੇ 1 ਈਅਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਨੂੰ ਵਰਕਿੰਗ ਇਨ ਫੀਲਡ ਆਫ ਕਮਿਊਨੀਕੇਸ਼ਨ ਔਰ ਐਡਵੋਕੇਸੀ, ਕਮਿਊਨੀਕੇਸ਼ਨ ਐਂਡ ਸੋਸ਼ਲ ਮੋਬਿਲਾਈਜੇਸ਼ਨ ਔਰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਔਰ ਹੈਲਥ ਪ੍ਰੋਜੈਕਟਸ, ਠੀਕ ਹੈ ਜੀ। ਇਹ ਜੋ ਵੀ ਸਾਰਾ ਮੈਂਸ਼ਨਡ ਹੈ ਇਹਨਾਂ ਦੇ ਵਿੱਚੋਂ ਕਿਸੇ ਵੀ ਇੱਕ 'ਚ ਤੁਹਾਡੇ ਕੋਲ ਵਰਕਿੰਗ ਐਕਸਪੀਰੀਅੰਸ ਹੋਵੇ ਇਹਨਾਂ ਫੀਲਡਸ ਦਾ। ਤੇ ਪਰਮਾਨੈਂਟ 2-ਵੀਲਰ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ, ਤੇ 2-ਵੀਲਰ ਤੁਹਾਨੂੰ ਚਲਾਉਣਾ ਆਉਣਾ ਚਾਹੀਦਾ। ਸਰਟੀਫਿਕੇਟ ਕੋਰਸ ਤੁਹਾਡੇ ਕੋਲ ਹੋਣਾ ਚਾਹੀਦਾ, ਕੰਪਿਊਟਰ ਓਪਰੇਸ਼ਨਸ ਦਾ ਮਿਨੀਮਮ 2 ਮੰਥਸ ਦਾ ਸਰਟੀਫਿਕੇਟ ਕੋਰਸ ਹੋਣਾ ਚਾਹੀਦਾ। ISO ਵੀ ਚੱਲ ਜਾਏਗਾ, ਇਹਦੇ 'ਚ ਕੋਈ ਚੱਕਰ ਨਹੀਂ। ਅਤੇ 22,000 ਪਰ ਮੰਥ ਦੇ ਹਿਸਾਬ ਨਾਲ ਤੁਹਾਨੂੰ ਸੈਲਰੀ ਮਿਲਣੀ ਹੈ। ਕੰਸੋਲੀਡੇਟਡ ਉੱਕੀ ਪੁੱਕੀ ਤਨਖਾਹ ਜਿਹਨੂੰ ਕਿਹਾ ਜਾਂਦਾ ਉਹ ਤੁਹਾਨੂੰ ਮਿਲਣੀ ਹੈ, ਕੋਈ ਇਹਦੇ 'ਚ ਇਸ ਤੋਂ ਇਲਾਵਾ ਭੱਤਾ ਵਗੈਰਾ ਨਹੀਂ ਮਿਲਣਾ। ਉੱਕੀ ਪੁੱਕੀ 22,000 ਰੁਪਇਆ ਤਨਖਾਹ ਤੁਹਾਨੂੰ ਮਿਲਣੀ ਹੈ। ਉਸ ਤੋਂ ਬਾਅਦ ਜੀ ਟਿਊਬਰਕਲੋਸਿਸ ਹੈਲਥ ਵਿਜ਼ਟਰ, ਜਿਹਨੂੰ TB ਵਿਜ਼ਟਰ ਵੀ ਕਿਹਾ ਜਾਂਦਾ, ਅਤੇ TB ਹੈਲਥ ਵਿਜ਼ਟਰ NTEP ਦੇ ਅੰਡਰ ਹੈ ਵੀ, NHM ਦੇ ਅੰਡਰ। ਅਤੇ ਇਹਦੇ ਲਈ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ, ਸਾਇੰਸ ਦੇ ਵਿੱਚ ਫੁੱਲ ਟਾਈਮ ਕੋਰਸ ਤੁਹਾਡਾ ਹੀ ਹੋਣਾ ਚਾਹੀਦਾ, ਜਾਂ ਫਿਰ ਤੁਸੀਂ +2 ਕੀਤੀ ਹੋਵੇ ਕਿਸੇ ਵੀ ਸਟਰੀਮ ਦੇ ਵਿੱਚ ਵਿਦ ਮਿਨੀਮਮ 1 ਈਅਰ ਐਕਸਪੀਰੀਅੰਸ ਹੋਵੇ ਤੁਹਾਡਾ। ਨੈਸ਼ਨਲ ਟਿਊਬਰਕਲੋਸਿਸ ਐਲੀਮੀਨੇਸ਼ਨ ਪ੍ਰੋਗਰਾਮ NTEP ਨੂੰ ਕਿਹਾ ਜਾਂਦਾ ਦੋਸਤੋ, ਜਾਂ ਫਿਰ ਟਿਊਬਰਕਲੋਸਿਸ ਹੈਲਥ ਵਿਜ਼ਟਰ ਰੈਕੋਗਨਾਈਜ਼ਡ ਕੋਰਸ ਤੁਹਾਡੇ ਕੋਲ ਹੋਣਾ ਚਾਹੀਦਾ, ਵਿਦ ਉਹਦੇ ਨਾਲ ਤੁਹਾਡੇ ਕੋਲ ਕੰਪਿਊਟਰ ਓਪਰੇਸ਼ਨਸ ਦਾ 2 ਮੰਥਸ ਦਾ ਸਰਟੀਫਿਕੇਸ਼ਨ ਕੋਰਸ ਵੀ ਹੋਣਾ ਜ਼ਰੂਰੀ ਹੈ, ਠੀਕ ਹੈ ਜੀ। ਦੇਖੋ, ਸਿੱਧਾ ਜਿਹਾ ਹਿਸਾਬ ਹੈ, ਜਾਂ ਤਾਂ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ ਸਾਇੰਸ ਦੇ ਵਿੱਚ, ਜੇ ਤੁਸੀਂ ਗ੍ਰੈਜੂਏਟ ਸਾਇੰਸ ਦੇ ਵਿੱਚ ਨਹੀਂ ਹੈਗੇ ਤੇ ਤੁਸੀਂ +2 ਕੀਤੀ ਹੋਈ ਹੈ, ਫਿਰ +2 ਦੇ ਨਾਲ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ NTEP ਦਾ, ਠੀਕ ਹੈ ਜੀ, ਜਾਂ ਫਿਰ ਟਿਊਬਰਕਲੋਸਿਸ ਹੈਲਥ ਵਿਜ਼ਟਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਇਹ 2 ਕੁਆਲੀਫਿਕੇਸ਼ਨਾਂ ਇੱਥੇ ਦਿੱਤੀਆਂ ਹੋਈਆਂ, ਅਤੇ ਉਹਦੇ ਨਾਲ ਤੁਹਾਡੇ ਕੋਲ ਕੰਪਿਊਟਰ ਓਪਰੇਸ਼ਨ ਦਾ ਸਰਟੀਫਿਕੇਸ਼ਨ ਕੋਰਸ ਹੋਣਾ ਜ਼ਰੂਰੀ ਆ। 16,926 ਰੁਪਏ ਸੈਲਰੀ ਵਿੱਚ ਮਿਲਣੀ ਆ ਤੁਹਾਨੂੰ, ਪਲੱਸ FTA ਮਿਲਣਾ ਤੁਹਾਨੂੰ 750 ਰੁਪਏ। ਉਸ ਤੋਂ ਬਾਅਦ ਜੀ ਸੀਨੀਅਰ ਟ੍ਰੀਟਮੈਂਟ ਸੁਪਰਵਾਈਜ਼ਰ ਦੀ ਪੋਸਟ ਹੈ, ਇੱਕ ਪੋਸਟ ਹੈ ਇਹ ਜਿਹੜੀ ਪੋਸਟ ਹੈ ਸੀਨੀਅਰ ਟ੍ਰੀਟਮੈਂਟ ਸੁਪਰਵਾਈਜ਼ਰ ਦੀ, ਇਹ SC ਕੈਟੇਗਰੀ ਦੀ ਇੱਕ ਪੋਸਟ ਹੈ। ਜਿਹੜੀ ਉੱਪਰ ਤੁਹਾਨੂੰ ਦੱਸਿਆ ਸੀ TB ਹੈਲਥ ਵਿਜ਼ਟਰ ਦੀਆਂ 2 ਪੋਸਟਾਂ ਸੀਗੀਆਂ, ਇਹਦੇ 'ਚ ਇੱਕ ਜਨਰਲ ਦੀ ਸੀ, ਇੱਕ OBC ਦੀ ਸੀ। ਹੁਣ ਸੀਨੀਅਰ ਟ੍ਰੀਟਮੈਂਟ ਸੁਪਰਵਾਈਜ਼ਰ ਦੀ ਜਿਹੜੀ ਪੋਸਟ ਹੈ ਇਹ ਇੱਕ SC ਕੈਟੇਗਰੀ ਦੀ ਪੋਸਟ ਹੈ। ਇਹਦੇ ਲਈ ਤੁਸੀਂ ਬੈਚਲਰ ਡਿਗਰੀ ਕੀਤੀ ਹੋਵੇ ਜਾਂ ਫਿਰ ਰੈਕਗਨਾਈਜ਼ਡ ਸੈਨੇਟਰੀ ਇੰਸਪੈਕਟਰ ਦਾ ਕੋਰਸ ਕੀਤਾ ਹੋਵੇ, ਵਿਦ ਸਰਟੀਫਿਕੇਸ਼ਨ ਕੋਰਸ ਹੋਵੇ ਤੁਹਾਡੇ ਕੋਲ ਕੰਪਿਊਟਰ ਓਪਰੇਸ਼ਨ ਦਾ 2 ਮੰਥਸ ਦਾ, ਪਰਮਾਨੈਂਟ 2-ਵੀਲਰ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ, ਠੀਕ ਹੈ, ਅਤੇ 2-ਵੀਲਰ ਚਲਾਉਣਾ ਆਉਣਾ ਚਾਹੀਦਾ ਤੁਹਾਨੂੰ। 22,992 ਰੁਪਏ ਪਰ ਮੰਥ ਦੇ ਹਿਸਾਬ ਨਾਲ ਤੁਹਾਨੂੰ ਇਹਦੇ 'ਚ ਸੈਲਰੀ ਮਿਲਣੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਜਿਹੜੀ ਪੋਸਟ ਹੈ ਆਡੀਓਲੋਜਿਸਟ ਦੀ ਪੋਸਟ ਹੈ ਅੰਡਰ NHM, ਇੱਕ ਪੋਸਟ ਹੈ ਜਨਰਲ ਕੈਟੇਗਰੀ ਲਈ ਹੈ। ਇਹ ਟੈਕਨੀਕਲ ਪਰਸਨ ਵਿਦ 4 ਈਅਰਸ ਗ੍ਰੈਜੂਏਸ਼ਨ ਇਨ ਆਡੀਓਲੋਜੀ ਐਂਡ ਸਪੀਚ ਲੈਂਗੁਏਜ ਪੈਥੋਲੋਜੀ, ਠੀਕ ਹੈ ਜੀ। ਇਸ ਫੀਲਡ ਦੇ ਵਿੱਚ ਤੁਹਾਡੀ ਇਹ ਜਿਹੜਾ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, ਫੁੱਲ ਟਾਈਮ ਕੋਰਸ ਹੋਣਾ ਚਾਹੀਦਾ ਜੀ। 30,000 ਰੁਪਇਆ ਪਰ ਮੰਥ ਦੇ ਹਿਸਾਬ ਨਾਲ ਤੁਹਾਨੂੰ ਇਹਦੇ 'ਚ ਸੈਲਰੀ ਮਿਲਣੀ ਹੈ।
ਨੈਕਸਟ ਜਿਹੜੀ ਪੋਸਟ ਹੈ ਜੀ ਕਾਉਂਸਲਰ ਦੀ ਪੋਸਟ ਹੈ, ਇੱਕ ਪੋਸਟ ਹੈ ਜਨਰਲ ਕੈਟੇਗਰੀ ਦੀ ਪੋਸਟ ਹੈ। ਇਹਦੇ ਲਈ ਤੁਸੀਂ ਐਮ ਏ ਕੀਤੀ ਹੋਵੇ ਸਾਈਕੋਲੋਜੀ ਦੇ ਵਿੱਚ ਜਾਂ ਸੋਸ਼ੋਲੋਜੀ ਦੇ ਵਿੱਚ ਜਾਂ ਸੋਸ਼ਲ ਵਰਕ ਦੇ ਵਿੱਚ, ਉਹਦੇ ਨਾਲ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਆਫ ਵਰਕਿੰਗ ਐਜ਼ ਏ ਕਾਉਂਸਲਰ, ਠੀਕ ਹੈ ਜੀ। ਅਤੇ ਸਰਟੀਫਿਕੇਸ਼ਨ ਕੋਰਸ ਹੋਣਾ ਚਾਹੀਦਾ ਤੁਹਾਡੇ ਕੋਲ ਕੰਪਿਊਟਰ ਓਪਰੇਸ਼ਨਸ ਦਾ, ਮਿਨੀਮਮ 2 ਮੰਥਸ ਦਾ। 22,992 ਰੁਪਏ ਪਰ ਮੰਥ ਦੇ ਹਿਸਾਬ ਨਾਲ ਤੁਹਾਨੂੰ ਸੈਲਰੀ ਮਿਲਣੀ ਹੈ। ਉਸ ਤੋਂ ਬਾਅਦ ਜੀ ਸਾਈਕੋਲੋਜਿਸਟ, ਕਲੀਨਿਕਲ ਸਾਈਕੋਲੋਜਿਸਟ ਦੀ ਪੋਸਟ ਹੈਗੀ ਹੈ ਤੁਹਾਡੇ ਕੋਲ, ਇੱਕ ਪੋਸਟ ਹੈ ਜਨਰਲ ਕੈਟੇਗਰੀ ਦੀ। ਇਹਦੇ ਤੁਸੀਂ ਪੋਸਟ ਗ੍ਰੈਜੂਏਟ ਡਿਗਰੀ ਕੀਤੀ ਹੋਵੇ ਸਾਈਕੋਲੋਜੀ ਦੀ ਜਾਂ ਫਿਰ ਕਲੀਨਿਕਲ ਸਾਈਕੋਲੋਜੀ ਦੀ ਜਾਂ ਅਪਲਾਈਡ ਸਾਈਕੋਲੋਜੀ ਦੀ। ਮਾਸਟਰ ਆਫ ਫਿਲਾਸਫੀ ਤੁਸੀਂ ਹੋਣੇ ਚਾਹੀਦੇ ਹੋ ਕਲੀਨਿਕਲ ਸਾਈਕੋਲੋਜੀ ਜਾਂ ਮੈਡੀਕਲ ਜਾਂ ਸੋਸ਼ਲ ਸਾਈਕੋਲੋਜੀ ਦੇ ਵਿੱਚ। ਅਤੇ 30,000 ਰੁਪਇਆ ਪਰ ਮੰਥ ਦੇ ਹਿਸਾਬ ਨਾਲ ਤੁਹਾਨੂੰ ਇਹਦੇ 'ਚ ਸੈਲਰੀ ਮਿਲਣੀ ਹੈ। ਉਸ ਤੋਂ ਬਾਅਦ ਜਿਹੜੀ ਨੈਕਸਟ ਪੋਸਟ ਆ ਜੀ, ਨੋਨ ਮੈਡੀਕਲ ਸੁਪਰਵਾਈਜ਼ਰ ਦੀ ਪੋਸਟ ਆ ਜਾਂਦੀ ਹੈ ਜੀ। ਇੱਕ ਪੋਸਟ ਹੈ ਜਨਰਲ ਕੈਟੇਗਰੀ ਦੀ, ਇੱਕ ਪੋਸਟ ਹੈ। ਇਹਦੇ ਲਈ ਤੁਸੀਂ BSc ਕੀਤੀ ਹੋਵੇ, ਫੁੱਲ ਟਾਈਮ ਕੋਰਸ ਕੀਤਾ ਹੋਵੇ BSc ਵਿਦ 5 ਈਅਰਸ ਐਕਸਪੀਰੀਅੰਸ ਤੁਹਾਡੇ ਕੋਲ ਹੋਣਾ ਚਾਹੀਦਾ ਇਨ ਦਾ ਫੀਲਡ ਆਫ ਹੈਲਥ, ਜਾਂ ਫਿਰ ਟ੍ਰੇਨਿੰਗ ਤੁਸੀਂ ਕੀਤੀ ਹੋਵੇ ਐਜ਼ ਅ ਨੋਨ ਮੈਡੀਕਲ ਸੁਪਰਵਾਈਜ਼ਰ ਵਿਦ 5 ਈਅਰ ਐਕਸਪੀਰੀਅੰਸ ਹੋਵੇ ਤੁਹਾਡੇ ਕੋਲ ਵਰਕਿੰਗ ਇਨ ਗਵਰਨਮੈਂਟ ਔਰ NGO ਔਰਗਨਾਈਜੇਸ਼ਨ ਇਨ ਫੀਲਡ ਆਫ ਲੈਪਰੋਸੀ। ਅਤੇ ਉਸ ਤੋਂ ਬਾਅਦ ਕੰਪਿਊਟਰ ਦੀ ਨੌਲੇਜ ਹੋਣੀ ਤੁਹਾਨੂੰ ਜ਼ਰੂਰੀ ਹੈ। 23,100 ਰੁਪਇਆ ਪਰ ਮੰਥ ਦੇ ਹਿਸਾਬ ਨਾਲ ਸੈਲਰੀ ਮਿਲਣੀ ਹੈ। ਨੈਕਸਟ ਜਿਹੜੀ ਪੋਸਟ ਆ ਜਾਂਦੀ ਡਾਟਾ ਮੈਨੇਜਰ ਦੀ ਪੋਸਟ ਆ ਜਾਂਦੀ ਹੈ, ਡਾਟਾ ਮੈਨੇਜਰ IDSP ਅੰਡਰ NHM। ਇੱਕ ਪੋਸਟ ਹੈ ਜਨਰਲ ਕੈਟੇਗਰੀ ਦੀ ਪੋਸਟ ਹੈ। ਇਹਦੇ ਲਈ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਇਨ ਕੰਪਿਊਟਰ ਸਾਇੰਸ, ਠੀਕ ਹੈ ਜੀ। ਫੁੱਲ ਟਾਈਮ ਕੋਰਸ ਤੁਹਾਡਾ ਇਹ ਹੋਣਾ ਚਾਹੀਦਾ ਵਿਦ ਮਿਨੀਮਮ 3 ਈਅਰਸ ਐਕਸਪੀਰੀਅੰਸ ਤੁਹਾਡਾ ਹੋਵੇ ਪੋਸਟ ਗ੍ਰੈਜੂਏਸ਼ਨ ਦੇ ਨਾਲ। ਜੇ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਕੰਪਿਊਟਰ ਦੇ ਵਿੱਚ ਤਾਂ ਉਹਦੇ ਨਾਲ ਤੁਹਾਡੇ ਕੋਲ 3 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਆ। ਜਾਂ ਫਿਰ ਜੇਕਰ ਤੁਸੀਂ BE ਜਾਂ BTECH ਕੀਤੀ ਹੋਈ ਆ IT ਜਾਂ ਇਲੈਕਟ੍ਰੋਨਿਕਸ ਦੇ ਵਿੱਚ, ਫੁੱਲ ਟਾਈਮ ਕੋਰਸ ਹੋਣਾ ਚਾਹੀਦਾ। ਵੀ ਤੁਹਾਡਾ ਪ੍ਰੈਫਰੈਂਸ ਜਿਹੜੀ ਦਿੱਤੀ ਜਾਏਗੀ, ਇਹ ਦਿੱਤੀ ਜਾਏਗੀ ਵਿਲ ਬੀ ਗਿਵਨ ਟੂ ਦੋਜ਼ ਹੂ ਹੈਵ ਵਰਕਡ ਇਨ ਹੈਲਥ ਔਰ ਸੋਸ਼ਲ ਸੈਕਟਰ, ਠੀਕ ਹੈ ਜੀ। ਪ੍ਰੈਫਰ ਕੀਤਾ ਜਾਏਗਾ ਵੀ ਜਿਹਨੇ ਹੈਲਥ ਜਾਂ ਸੋਸ਼ਲ ਸੈਕਟਰ 'ਚ ਕੰਮ ਕੀਤਾ ਹੋਏਗਾ। ਵੈਸੇ ਅਪਲਾਈ ਕਰ ਸਕਦਾ BTECH ਵਾਲਾ ਬੰਦਾ ਅਪਲਾਈ ਕਰ ਸਕਦਾ ਜਾਂ ਪੋਸਟ ਗ੍ਰੈਜੂਏਸ਼ਨ ਕੰਪਿਊਟਰ ਸਾਇੰਸ ਵਾਲਾ ਅਪਲਾਈ ਕਰ ਸਕਦਾ। 3 ਸਾਲ ਦਾ ਐਕਸਪੀਰੀਅੰਸ ਚਾਹੀਦਾ, 32,000 ਰੁਪਇਆ ਪਰ ਮੰਥ ਦੇ ਹਿਸਾਬ ਨਾਲ ਤੁਹਾਨੂੰ ਇਹ 'ਚ ਸੈਲਰੀ ਮਿਲਣੀ ਹੈ ਡਾਟਾ ਮੈਨੇਜਰ ਦੇ ਲਈ। ਅਤੇ ਇਹਨਾਂ ਪੋਸਟਾਂ ਦੀ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਨੇ ਉੱਥੇ ਦਿੱਤੀਆਂ, ਲਾਸਟ ਡੇਟ ਜਿਹੜੀ ਹੈਗੀ ਜੀ 27/9/2024, 1 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ 27/9/2024। ਐਪਲੀਕੇਸ਼ਨਸ ਆ ਜਿਹੜੀ ਆਫਲਾਈਨ ਮੋਡ ਦੇ ਵਿੱਚ ਜਾਣਗੀਆਂ। ਇਹ ਫਾਰਮ ਦਿੱਤਾ ਹੋਇਆ ਜੀ, ਇਹ ਫਾਰਮ ਤੁਸੀਂ ਭਰਨਾ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਨੋਟੀਫਿਕੇਸ਼ਨ ਦਾ ਵੀ, ਫਾਰਮ ਡਾਊਨਲੋਡ ਕਰਨ ਦਾ ਵੀ, ਦੋਨੋਂ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ। ਇਹਦੇ 'ਚ ਨੋਟ ਕਰ ਲਓ ਐਪਲੀਕੇਸ਼ਨ ਫਾਰਮ ਆ ਜਿਹੜੇ ਤੁਹਾਡੇ, ਉਹ ਕਿੱਥੇ ਪਹੁੰਚ ਜਾਣੇ ਚਾਹੀਦੇ, ਐਡਰੈਸ ਨੋਟ ਕਰ ਲਓ, ਆਫਿਸ ਆਫ ਦਾ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ, 4th ਫਲੋਰ, ਐਡਮਿਨਿਸਟ੍ਰੇਟਿਵ ਬਲਾਕ, ਸੈਕਟਰ 16, UT, ਚੰਡੀਗੜ੍ਹ। ਇਹ ਐਡਰੈਸ ਹੈ ਜੀ ਫਾਰਮ ਭੇਜਣ ਦਾ। ਅਤੇ ਲਿਸਟ ਹੋਏਗੀ ਜਿਹੜੀ ਐਲੀਜੀਬਲ ਕੈਂਡੀਡੇਟਸ ਦੀ ਐਂਡ ਡਿਟੇਲ ਰਿਗਾਰਡਿੰਗ ਰਿਟਨ ਟੈਸਟ, ਉਹ ਤੁਹਾਡੀ ਆ ਜਾਏਗੀ ਜੀ 15/10/2024 ਤੱਕ ਆ ਜਾਏਗੀ, ਠੀਕ ਹੈ। ਇਹ ਡਿਸਪਲੇ ਕੀਤੀ ਜਾਏਗੀ ਮਿਸ਼ਨ ਡਾਇਰੈਕਟਰ ਉਹਨਾਂ ਦੇ ਆਫਿਸ 'ਚ ਜਿਹੜਾ ਹੋਏਗਾ, ਕੋਈ ਨੋਟਿਸ ਬੋਰਡ ਜਾਂ ਜੋ ਵੀ ਹੋਏਗਾ ਉੱਥੇ ਡਿਸਪਲੇ ਕੀਤੀ ਜਾਏਗੀ ਇਹ ਲਿਸਟ, ਐਜ਼ ਵੈਲ ਐਜ਼ ਔਨ ਅਫੀਸ਼ੀਅਲ ਵੈਬਸਾਈਟ ਵੀ ਡਿਸਪਲੇ ਕੀਤੀ ਜਾਏਗੀ, ਜੋ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਆ ਉਹਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਦਾਂਗੇ। ਕ੍ਰਾਈਟੀਰੀਆ ਨੋਟ ਕਰ ਲਓ ਜੀ, ਰਿਟਨ ਟੈਸਟ ਜਿਹੜਾ 90 ਮਾਰਕਸ ਦਾ ਤੁਹਾਡਾ ਹੋਏਗਾ, 90 ਨੰਬਰ ਦਾ, ਐਕਸਪੀਰੀਅੰਸ ਦੇ 10 ਮਾਰਕਸ ਹੋਣਗੇ, ਠੀਕ ਹੈ ਜੀ। ਅਤੇ ਇਹ ਕ੍ਰਾਈਟੀਰੀਆ ਹੈਗਾ ਜੀ ਇਹਦਾ ਸਾਰਾ। ਕੰਟਰੈਕਟ ਬੇਸਿਸ 'ਤੇ ਪੋਸਟਾਂ ਫਿਲ ਕੀਤੀਆਂ ਜਾਂਦੀਆਂ ਅਪ ਟੂ 31/3/2025, ਅਤੇ ਐਕਸਟੈਂਡੇਬਲ ਹੈਗਾ ਜੀ ਕੰਟਰੈਕਟ, ਤੁਹਾਡਾ ਅੱਗੇ ਵਧਾਇਆ ਜਾਵੇਗਾ। ਜੋ ਵੀ ਅਪਲਾਈ ਕਰਨਾ ਚਾਹੁੰਦਾ ਆਪਣਾ ਫਾਰਮ ਭਰ ਕੇ, ਉਹਦੇ ਨਾਲ ਆਪਣੇ ਸੈਲਫ ਅਟੈਸਟਡ ਫੋਟੋ ਕਾਪੀਜ਼ ਨਾਲ ਲਗਾ ਕੇ, ਠੀਕ ਹੈ ਜੀ, ਰੀਸੈਂਟ ਪਾਸਪੋਰਟ ਸਾਈਜ਼ ਫੋਟੋਗ੍ਰਾਫ ਪੇਸਟ ਕਰਕੇ, ਅਤੇ ਜਿਹੜੀ ਰੀਸੈਂਟ ਪਾਸਪੋਰਟ ਸਾਈਜ਼ ਫੋਟੋਗ੍ਰਾਫ ਤੁਸੀਂ ਪੇਸਟ ਕਰੋਗੇ ਉਹ ਅਟੈਸਟ ਕਰਾਉਣੀ ਹੈ ਤੁਸੀਂ ਗਜ਼ਟਡ ਆਫੀਸਰ ਤੋਂ,
ਡਿਊਲੀ ਅਟੈਸਟਡ ਬਾਈ ਗੈਜ਼ਟਿਡ ਆਫਿਸਰ, ਠੀਕ ਹੈ ਜੀ, ਇਸ ਚੀਜ਼ ਦਾ ਧਿਆਨ ਰੱਖਿਓ। ਅਤੇ ਇਹ ਤੁਸੀਂ ਭੇਜ ਦੇਣਾ ਹੈ ਫੋਰਮ, ਅਤੇ ਕੋਈ ਰਿਜ਼ਰਵ ਕੈਟੇਗਰੀ ਨੂੰ ਬਿਲੋਂਗ ਕਰਦਾ ਤਾਂ ਉਹਨੇ ਆਪਣਾ ਰਿਜ਼ਰਵ ਕੈਟੇਗਰੀ ਦਾ ਜੋ ਸਰਟੀਫਿਕੇਟ ਦੀ ਫੋਟੋ ਕਾਪੀ ਉਹ ਨਾਲ ਜਿਹੜੀ ਭੇਜ ਦੇਣੀ ਹੈ, ਠੀਕ ਹੈ ਜੀ। ਫੀਸ ਵਗੈਰਾ ਦਾ ਇੱਥੇ ਕੋਈ ਮੈਂਸ਼ਨ ਨਹੀਂ ਕੀਤਾ ਹੋਇਆ, ਇਸ ਕਰਕੇ ਫੀਸ ਵਗੈਰਾ ਨਹੀਂ ਹੈਗੀ ਇਹਦੀ। ਅਤੇ ਬਾਕੀ ਦਾ ਜਿਹੜਾ ਪ੍ਰੋਸੀਜਰ ਹੈ ਜੀ, ਤੁਹਾਨੂੰ ਸਾਰਾ ਮੇਨ ਮੇਨ ਦੱਸਤਾ, ਫੋਰਮ ਦਾ ਵੀ ਦੱਸਤਾ, ਐਡਰੈਸ ਵੀ ਦੱਸਤਾ ਕਿੱਥੇ ਭੇਜਣਾ ਤੁਸੀਂ, ਠੀਕ ਹੈ। ਉਸ ਢੰਗ ਨਾਲ ਆਪਣਾ ਭੇਜ ਦੇਣਾ, ਜਿਹੜੇ ਜਿਹੜੇ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਆ ਜਿਹਦੀ ਐਲੀਜੀਬਿਲਟੀ ਆ ਰਹੀ ਆ। ਜੇ ਤੁਹਾਨੂੰ ਲੱਗਦਾ ਤੁਹਾਡੇ ਕਿਸੇ ਦੋਸਤ ਮਿੱਤਰ ਦੀ ਐਲੀਜੀਬਿਲਟੀ ਆ ਰਹੀ ਹੁੰਦਾ, ਕਿ ਨੀਚੇ ਸ਼ੇਅਰ ਬਟਨ 'ਤੇ ਕਲਿੱਕ ਕਰਕੇ ਉਹਦਾ ਵੀਡੀਓ ਦਾ ਲਿੰਕ ਜ਼ਰੂਰ ਸ਼ੇਅਰ ਕਰ ਦਿਓ। ਅਤੇ ਬਾਕੀ ਅਪਡੇਟਸ ਜਾਣਾ ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ।